ਹੇ ਵਾਹਿਗੁਰੂ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਬਲ ਆਪਣੇ ਖਾਲਸਾ ਜੀ ਨੂੰ ਬਖਸ਼ਣਾ। ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਕੁਝ ਮਹੀਨਿਆਂ ਬਾਅਦ ਮੁੜ ਖੋਲ੍ਹ ਦਿੱਤਾ, ਲੇਕਿਨ ਅੱਜ ਪੂਰਾ ਇੱਕ ਵਰ੍ਹਾ ਹੋ ਗਿਆ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਕੋਰੀਡੋਰ ਅਜੇ ਤੱਕ ਨਹੀਂ ਖੁੱਲ੍ਹਾ। ਪਤਾ ਨਹੀਂ ਭਾਰਤ ਸਰਕਾਰ ਦੀ ਕੀ ਨੀਤੀ ਹੈ, ਬਦਨੀਤੀ ਹੈ ਕਿ ਕੋਰੀਡੋਰ ਜਿਹੜਾ ਹੈ ਉਹ ਨਹੀਂ ਖੁੱਲ੍ਹ ਰਿਹਾ। ਪਿਛਲੇ ਸਾਲ ਅੱਜ ਦੇ ਦਿਨ 16 ਮਾਰਚ ਨੂੰ ਕਰੋਨਾ ਮਹਾਂਮਾਰੀ ਦੇ ਚਲਦਿਆਂ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ। ਹੌਲੀ ਹੌਲੀ ਹਾਲਾਤ ਸੁਧਰਨੇ ਸ਼ੁਰੂ ਹੋਏ। ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਕੁਝ ਮਹੀਨਿਆਂ ਬਾਅਦ ਮੁੜ ਖੋਲ੍ਹ ਦਿੱਤਾ, ਲੇਕਿਨ ਅੱਜ ਪੂਰਾ ਇੱਕ ਵਰ੍ਹਾ ਹੋ ਗਿਆ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਕੋਰੀਡੋਰ ਅਜੇ ਤੱਕ ਨਹੀਂ ਖੁੱਲ੍ਹਾ। ਬਹੁਤ ਵਾਰ ਸਿੱਖ ਹਸਤੀਆਂ ਨੇ, ਸਿੱਖ ਸੰਗਤਾਂ ਨੇ ਸਰਕਾਰ ਨੂੰ ਅਪੀਲਾਂ ਕੀਤੀਆਂ ਨੇ ਕਿ ਭਾਰਤ ਦੇ ਵਿੱਚ ਜਿੰਨੇ ਵੀ ਸਾਡੇ ਧਾਰਮਿਕ ਅਸਥਾਨ ਨੇ ਉਹ ਸਾਰੇ ਦੇ ਸਾਰੇ ਉੱਥੋਂ ਦੇ ਸ਼ਰਧਾਲੂਆਂ ਵਾਸਤੇ ਓਪਨ ਨੇ, ਖੁੱਲ੍ਹੇ ਹੋਏ ਨੇ, ਮੰਦਰ, ਮਸਜਿਦ, ਗੁਰਦੁਆਰੇ, ਗਿਰਜਾਘਰ। ਪਰ ਜਿਹੜੇ ਸਾਡੇ ਧਾਰਮਿਕ ਤਿੱਥ ਤਿਉਹਾਰ ਹੈ ਉਹ ਵੀ ਹੁਣ ਲੋਕ ਜਿਹੜੇ ਹੈ ਮਨਾ ਰਹੇ ਨੇ ਆਪਣੇ ਧਾਰਮਿਕ ਅਸਥਾਨਾਂ ਦੇ ਉੱਤੇ ਇਕੱਠੇ ਹੋ ਕੇ। ਅਤੇ ਭਾਰਤ ਸਰਕਾਰ ਨੂੰ ਵੀ ਕਰਤਾਰਪੁਰ ਕੋਰੀਡੋਰ ਖੋਲ੍ਹਣਾ ਚਾਹੀਦਾ ਸੀ। ਪਤਾ ਨਹੀਂ ਭਾਰਤ ਸਰਕਾਰ ਦੀ ਕੀ ਨੀਤੀ ਹੈ, ਬਦਨੀਤੀ ਹੈ ਕਿ ਕੋਰੀਡੋਰ ਜਿਹੜਾ ਹੈ ਉਹ ਨਹੀਂ ਖੁੱਲ੍ਹ ਰਿਹਾ। ਕੁਝ ਸਿਹਤ ਵਿਭਾਗ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਰਤਾਰਪੁਰ ਕੋਰੀਡੋਰ ਸਿੱਖ ਸੰਗਤਾਂ ਵਾਸਤੇ ਖੋਲ੍ਹਣਾ ਚਾਹੀਦਾ ਭਾਰਤ ਸਰਕਾਰ ਨੂੰ। ਬਹੁਤ ਵਾਰ ਅੱਗੇ ਵੀ ਸਿੱਖ ਹਸਤੀਆਂ ਨੇ ਅਪੀਲਾਂ ਕੀਤੀਆਂ ਨੇ ਸਰਕਾਰ ਨੂੰ, ਇਸ ਪਾਸੇ ਜਿਹੜਾ ਖਾਸ ਤੌਰ ਦੇ ਉੱਤੇ ਤਵੱਜੋ ਦੇਣ ਦੀ ਜ਼ਰੂਰਤ ਹੈ। ਇਹ ਸਿੱਖਾਂ ਦੀ ਮਾਨਸਿਕਤਾ ਦੇ ਨਾਲ ਜੁੜਿਆ ਮਸਲਾ ਹੈ। ਭਾਵਾਂ 50 ਸਿੱਖ ਰੋਜ਼ ਜਾਣ, ਲੇਕਿਨ ਕਰਤਾਰਪੁਰ ਕੋਰੀਡੋਰ ਖੋਲ੍ਹ ਕੇ ਅਤੇ ਦਰਸ਼ਨ ਦਿਦਾਰੇ ਕਰਨ ਦਾ ਸਿੱਖ ਸੰਗਤਾਂ ਨੂੰ ਮੌਕਾ ਜਿਹੜਾ ਹੈ ਉਹ ਜ਼ਰੂਰ ਦੇਣਾ ਚਾਹੀਦਾ। ਜਿੰਨੇ ਵੱਧ ਤੋਂ ਵੱਧ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਕ ਸਿੱਖ ਜਾ ਸਕਦੇ ਨੇ 50-100 ਜਾਣੇ ਚਾਹੀਦੇ ਨੇ, ਅਤੇ ਸਰਕਾਰ ਜ਼ਰੂਰ ਇਸ ਪਾਸੇ ਜਿਹੜਾ ਉਹ ਧਿਆਨ ਦੇਵੇ।